ਵਾਹਿਗੁਰੂ 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 ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕਾ ਅੰਚਲ ਲਾਹੋ ਬਿਖਮ ਨਦੀ ਜਾਏ ਤਰਣੀ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਬਿਲਾਵਲ ਮਹੱਲਾ ਪੰਜਵਾਂ ਜੀਵੋ ਨਾਮ ਸੁਨੀ ਜੋ ਸੋ ਪ੍ਰਸੰਨ ਭਏ ਗੁਰਪੂਰੇ ਤਾਂ ਮੇਰੀ ਆਸ ਪੁਨੀ ਰਹਾਓ ਪੀਰ ਗਈ ਬਾਂਧੀ ਮਨ ਧੀਰਾ ਮੋਹਿਓ ਆਨੰਦ ਧੁਨੀ ਉਪਜਿਓ ਚਾਓ ਮਿਲਨ ਪ੍ਰਪ੍ਰੀਤਮ ਰਹਿਣ ਨ ਜਾਏ ਖਿਣੀ ਅਨਕ ਭਗਤ ਅਨਕ ਜਨ ਤਾਰੇ ਸਿਮਰਹਿ ਅਨਕ ਮੁਨੀ ਅੰਦਲੇ ਕਿੱਕ ਨਿਰਧਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜੀ ਹੋਈ ਵੱਡ ਭਾਗੀ ਸਾਧ ਸੰਗਤ, ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਇਹ ਸਫਾਕ ਘੜੀ ਸਤਸੰਗ ਦੀ ਸਾਨੂੰ ਪ੍ਰਾਪਤ ਹੋਈ ਹੈ। ਬਿਲਾਵਲ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਆਪਾਂ ਸਰਵਣ ਕੀਤਾ ਹੈ।
ਇਹ ਸ਼ਬਦ ਅੱਜ ਸਤਿਗੁਰੂ ਜੀ ਨੇ ਸਾਨੂੰ ਹੁਕਮਨਾਮਾ ਬਖਸ਼ਿਸ਼ ਕੀਤਾ। ਰਹਿਮਤ ਕਰ ਰਹੇ ਹਨ ਸਤਿਗੁਰੂ ਜੀ, ਬਿਲਾਵਲ ਮਹੱਲਾ ਪੰਜਵਾਂ। ਜੀਵੋ ਨਾਮ ਸੁਣੀ ਜੋ ਸੋ ਪ੍ਰਸੰਨ ਪਏ ਗੁਰਪੂਰੇ, ਤਾਂ ਮੇਰੀ ਆਸ ਪੁਨੀ ਰਹਾਓ। ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਮੇਰੇ 'ਤੇ, ਬਖਸ਼ਿਸ਼ ਕਰ ਦਿੱਤੀ, ਮੇਰੇ 'ਤੇ ਖੁਸ਼ ਹੋ ਗਏ, ਮੇਰੀ ਲਿਵ ਨਾਮ ਦੇ ਵਿੱਚ ਲਾ ਦਿੱਤੀ। ਜਦੋਂ ਲਿਵ ਲੱਗ ਜਾਂਦੀ ਹੈ ਫਿਰ ਨਾਮ ਸੁਣਦਾ ਹੈ। ਜਿੰਨਾ ਚਿਰ ਲਿਵ ਨਹੀਂ ਲੱਗਦੀ ਹੈ, ਕਦੀ ਕੋਈ ਫੁਰਨਾ ਆ ਗਿਆ, ਕਦੀ ਕੋਈ ਖਿਆਲ ਆ ਗਿਆ, ਕਦੀ ਕੋਈ ਖਿਆਲ ਆ ਗਿਆ, ਉਹਨਾਂ 'ਚ ਨਾਮ ਦਾ ਅੰਦਰ ਸੁਣਨਾ ਜਿਹੜਾ ਹੈ ਇਹ ਮੁਸ਼ਕਲ ਹੈ, ਕਿਉਂਕਿ ਹੋਰ ਹੀ ਕੁਝ ਸੁਣੀ ਜਾਂਦਾ ਹੈ ਮਨ ਜਿਹੜਾ ਹੈ। ਇਹ ਹੁੰਦਾ ਕਦੋਂ ਹੈ? ਜਦੋਂ ਪੂਰਾ ਗੁਰੂ ਪ੍ਰਸੰਨ ਹੁੰਦਾ ਹੈ। ਆਸ ਕਿਹੜੀ ਹੈ? ਆਸ ਇਹੀ ਹੈ ਕਿ ਮੈਨੂੰ ਨਾਮ ਸੁਣ ਪਵੇ। ਇੱਕ ਨਾਮ ਜਪਣਾ ਹੈ, ਇੱਕ ਨਾਮ ਸੁਣਨਾ ਹੈ, ਦੋਨਾਂ ਵਿੱਚ ਫਰਕ ਹੈ। ਜਪਣਾ ਕੀ ਹੈ? ਜੋ ਗੁਰੂ ਨੇ ਮਹਾਰਾਜ ਸਾਨੂੰ ਗੁਰਮੰਤਰ ਬਖਸ਼ਿਸ਼ ਕੀਤਾ ਹੈ, ਵਾਹਿਗੁਰੂ ਗੁਰਮੰਤਰ ਜੋ ਹੈ, ਇਹ ਜਪਦਿਆਂ ਜਪਦਿਆਂ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਰਹਿਮਤ ਹੁੰਦੀ ਹੈ, ਤਾਂ ਫਿਰ ਅਗਲੀ ਅਵਸਥਾ ਨਾਮ ਸੁਣਨ ਦੀ ਆਉਂਦੀ ਹੈ। ਜਦੋਂ ਅੰਦਰੋਂ ਨਾਮ ਦੀ ਧੁਨੀ ਪ੍ਰਗਟ ਹੁੰਦੀ ਹੈ, ਜਿਸ ਨੂੰ ਮਨ ਸੁਣਦਾ ਹੈ, ਇਹ ਕੰਨ ਨਹੀਂ ਮਨ ਸੁਣਦਾ ਹੈ, ਬਾਹਰਲੀ ਆਵਾਜ਼ ਜਿਹੜੀ ਹੈ ਇਹ ਤਾਂ ਕੰਨ ਸੁਣਦੇ ਹਨ, ਰਸਨਾ ਜਿਹੜੀ ਹੈ ਇਹ ਬੋਲਦੀ ਹੈ, ਪਰ ਇਹ ਉਹ ਅਵਸਥਾ ਹੈ ਜਿੱਥੇ ਰਸਨਾ ਨਹੀਂ ਬੋਲਦੀ ਹੈ, ਮਨ ਹੀ ਬੋਲਦਾ ਹੈ ਅਤੇ ਮਨ ਹੀ ਸੁਣਦਾ ਹੈ। ਇਹ ਰਹਿਮਤ ਹੈ। ਰਹਾਓ ਪੀਰ ਗਈ ਬੰਦੀ ਮਨ ਧੀਰਾ ਮੋਹਿਓ ਅਨੰਦ ਧੁਨੀ। ਜਿਹੜਾ ਦੁੱਖ ਸੀ ਅੰਦਰ, ਇੱਕ ਦੁੱਖ ਨਹੀਂ ਹੈ, ਪਤਾ ਨਹੀਂ ਕਿੰਨੇ ਹਨ, ਗਿਣਤੀ ਨਹੀਂ ਕੀਤੀ ਜਾ ਸਕਦੀ। ਇਹ ਨਾਮ ਦੇ ਸੁਣਨ ਦੇ ਨਾਲ ਇਹ ਦੁੱਖ ਦੂਰ ਹੋਣੇ ਸ਼ੁਰੂ ਹੁੰਦੇ ਹਨ। ਜਦੋਂ ਅੰਦਰ ਧੁਨੀ ਉਤਪੰਨ ਹੁੰਦੀ ਹੈ ਨਾਮ ਦੀ, ਫਿਰ ਮਹਾਰਾਜ ਕਹਿੰਦੇ ਹਨ ਕਿ ਮਨ ਟਿਕਾਓ ਵਿੱਚ ਆ ਜਾਂਦਾ ਹੈ। ਬਾਂਦੀ ਮਨ ਧੀਰਾ, ਮਨ ਨੂੰ ਧੀਰਜ ਆ ਗਿਆ, ਵਿਸ਼ਵਾਸ ਆ ਗਿਆ, ਮੋਹਿਓ ਅਨੰਦ ਧੁਨੀ, ਇਹ ਆਨੰਦ ਦੇਣ ਵਾਲੀ ਧੁਨੀ ਹੈ। ਜਿਸ ਨੂੰ ਸੁਣਨ ਦੇ ਨਾਲ ਆਤਮਿਕ ਰਸ ਆਉਂਦਾ ਹੈ, ਟਿਕਾਓ ਮਿਲਦਾ ਹੈ, ਆਨੰਦ ਕਿੱਥੇ ਹੈ? ਜਿੱਥੇ ਮਨ ਟਿਕ ਜਾਂਦਾ ਹੈ। ਜਿੰਨਾ ਚਿਰ ਮਨ ਦਾ ਟਿਕਾਓ ਨਹੀਂ ਹੈ, ਉਨਾ ਚਿਰ ਆਨੰਦ ਨਹੀਂ ਹੈ। ਸੋ ਸਾਧਨਾ ਹੈ, ਬਹੁਤ ਵੱਡੀ ਸਾਧਨਾ ਹੈ। ਜੇ ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਜਾਵੇ, ਨਾਮ ਰਸੀਆਂ ਦੀ ਸੰਗਤ ਮਿਲ ਜਾਵੇ, ਫਿਰ ਇਹ ਅਵਸਥਾ ਜਿਹੜੀ ਹੈ ਪ੍ਰਾਪਤ ਹੁੰਦੀ ਹੈ। ਮਨ ਟਿਕਾਓ ਵਿੱਚ ਰਹਿੰਦਾ ਹੈ, ਧੀਰਜ 'ਚ ਰਹਿੰਦਾ ਹੈ, ਸਹਿਜ ਵਿੱਚ ਰਹਿੰਦਾ ਹੈ। ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾਮ ਜਪਣ ਦੇ ਰਸਤੇ 'ਚ, ਸਭ ਤੋਂ ਵੱਡੀ ਰੁਕਾਵਟ ਜਿਹੜੀ ਕੀ ਹੈ? ਪਰਾਈ ਨਿੰਦਿਆ ਚੁਗਲੀ ਕਰਨੀ, ਸੁਣਨੀ,
ਦੂਸਰੇ ਦਾ ਬੁਰਾ ਤੱਕਣਾ। ਇਸੇ ਹੀ ਤਰ੍ਹਾਂ ਈਰਖਾ ਕਰਨੀ ਕਿਸੇ ਦੇ ਨਾਲ, ਦੁਐਸ਼ ਰੱਖਣੀ, ਵੈਰ ਵਿਰੋਧ ਰੱਖਣਾ ਮਨ ਦੇ ਵਿੱਚ, ਇਹ ਰੁਕਾਵਟਾਂ ਹਨ, ਸਭ ਤੋਂ ਵੱਡੀਆਂ ਰੁਕਾਵਟਾਂ ਹਨ। ਫਿਰ ਅੱਗੇ ਵਿਕਾਰ ਹਨ, ਇਹ ਵੀ ਰੁਕਾਵਟਾਂ ਬਣਦੇ ਹਨ। ਸੋ ਇਹ ਰੁਕਾਵਟਾਂ ਦੂਰ ਹੁੰਦੀਆਂ ਹਨ ਗੁਰੂ ਦੀ ਰਹਿਮਤ ਦੇ ਨਾਲ, ਆਪਣੇ ਆਪ ਨਹੀਂ ਹੁੰਦੀਆਂ। ਉਪਜੋ ਚਾਓ ਮਿਲਣ ਪ੍ਰੀਤਮ ਰਹਿਣ ਨਜਾਇਕ ਖਿਨੀ। ਵਾਹਿਗੁਰੂ, ਹੁਣ ਜਦੋਂ ਇਹ ਆਨੰਦ ਵਾਲੀ ਧੁਨੀ ਜਿਹੜੀ ਹੈ, ਜਿਹੜੀ ਧੁਨੀ ਜਿੱਥੋਂ ਪ੍ਰਗਟ ਹੁੰਦੀ ਹੈ, ਕਿੱਥੋਂ ਹੁੰਦੀ ਹੈ? ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ। ਸੋਦਰ ਦੀ ਪੌੜੀ 'ਚ ਇਸ ਆਨੰਦ ਦੀ ਧੁਨੀ ਦਾ ਸਾਰਾ ਹੀ ਜ਼ਿਕਰ ਕੀਤਾ ਹੈ, ਵਿਸਥਾਰ ਨਾਲ ਜ਼ਿਕਰ ਕੀਤਾ ਹੋਇਆ ਹੈ। ਜਿਹੜਾ ਇਸ ਧੁਨੀ ਨੂੰ ਪੈਦਾ ਕਰਨ ਵਾਲਾ, ਜਿਸ ਦੇ ਘਰ ਦੇ ਵਿੱਚ, ਜਿਸ ਨੂੰ ਸੋ ਘਰ ਕਿਹਾ ਹੈ, ਜਿਸ ਘਰ ਦੇ ਵਿੱਚ ਇਹ ਜਾ ਕੇ ਆਨੰਦ ਵਾਲੀ ਧੁਨੀ ਪ੍ਰਗਟ ਹੁੰਦੀ ਹੈ, ਫਿਰ ਇਸ ਘਰ ਦੇ ਮਾਲਕ ਨੂੰ ਮਿਲਣ ਦਾ ਚਾਓ ਪੈਦਾ ਹੁੰਦਾ ਹੈ। ਅਗਲੀ ਅਵਸਥਾ ਇਸ ਤੋਂ ਇਹ ਹੈ, ਇਸ ਨੂੰ ਸੂਫੀ ਮਤ ਵਿੱਚ ਹਕੀਕਤ ਕਿਹਾ ਹੈ। ਜਦੋਂ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ ਜਿਹੜਾ ਹੈ ਚਾਓ ਪੈਦਾ ਹੁੰਦਾ ਹੈ, ਤਾਂ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ। ਪਹਿਲਾਂ ਇਸ ਧੁਨੀ ਤੱਕ ਜਿਹੜੀ ਹੈ ਇਹ ਪਹੁੰਚਣਾ ਹੈ, ਜਿਹੜੀ ਮਹਾਰਾਜ ਨੇ ਇੱਥੇ ਜ਼ਿਕਰ ਕੀਤਾ ਹੈ। ਹੁਣ ਇਸ ਤੋਂ ਬਿਨਾਂ ਨਹੀਂ ਰਿਹਾ ਜਾ ਸਕਦਾ। ਇੱਕ ਖਿਣ ਵਾਸਤੇ ਵੀ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਜਿਹੜਾ ਹੈ ਉਹਨੂੰ ਭੁੱਲਣਾ ਜਿਹੜਾ ਹੈ ਉਹ ਇੰਝ ਜਾਪਦਾ ਹੈ ਜਿਵੇਂ ਕਲ ਯੁਗ ਆ ਗਿਆ। ਅਨਕ ਭਗਤ ਅਨਕ ਜਨ ਤਾਰੇ ਸਿਮ ਰਹੇ ਅਨਕ ਮੁਨੀ। ਨੇਕਾਂ ਹੀ ਰਿਸ਼ੀ ਮੁਨੀ ਜਿਹੜੇ ਹਨ, ਭਗਤ ਜਨ ਹਨ, ਉਹ ਤਰ ਗਏ ਨਾਮ ਦੇ ਨਾਲ, ਜੁੜ ਕੇ ਨਾਮ ਦੇ ਨਾਲ ਤਰੇ ਹਨ। ਗੁਰੂ ਨੇ ਨਾਮ ਦੀ ਦਾਤ ਬਖਸ਼ਿਸ਼ ਕੀਤੀ ਔਰ ਐਸੀ ਕਿਰਪਾ ਹੋਈ, ਅੰਦਰ ਲੇਵ ਲੱਗ ਗਈ। ਸੁਰਤੀ ਜਿਹੜੀ ਬਾਹਰ ਮੁਖੀ ਸੀ, ਬਾਹਰੋਂ ਰਸ ਪ੍ਰਾਪਤ ਕਰਦਾ ਸੀ ਮਨ, ਇਹਨੂੰ ਅੰਦਰੋਂ ਹੀ ਰਸ ਆਉਣ ਲੱਗ ਪਿਆ। ਇਸ ਧੁਨੀ ਦੇ ਵਿੱਚੋਂ ਅੰਦਰੋਂ ਹੀ ਰਸ ਆਉਣ ਲੱਗ ਪਿਆ, ਆਨੰਦ ਆਉਣ ਲੱਗ ਪਿਆ। ਅੰਦਲੇ ਇੱਕ ਨਿਰਤਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ। ਇਹ ਇੱਕ ਅਜਿਹੀ ਅਵਸਥਾ ਹੈ ਜਿਵੇਂ ਕਿਸੇ ਅੰਧੇ ਬੰਦੇ ਨੂੰ ਕੋਈ ਸਹਾਰਾ ਮਿਲ ਜਾਵੇ, ਉਹਨੂੰ ਖੁਸ਼ੀ ਮਿਲਦੀ ਹੈ, ਜਾਂ ਕਿਸੇ ਗਰੀਬ ਆਦਮੀ ਨੂੰ ਧਨ ਮਿਲ ਜਾਵੇ ਖੁਸ਼ ਹੁੰਦਾ ਹੈ। ਇਸੇ ਤਰ੍ਹਾਂ ਹੀ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ, ਜਿਸ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਉਸ ਨੂੰ ਇਹ ਅਵਸਥਾ ਮਿਲਦੀ ਹੈ। ਔਰ ਜਿਸ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਉਹ ਸਦਾ ਹੀ ਆਨੰਦ ਵਿੱਚ ਹੈ, ਪਰਮੇਸ਼ਰ ਦੇ ਰੰਗਾਂ ਵਿੱਚ ਰਹਿੰਦਾ ਹੈ। ਉਹ ਰੰਗ ਹੱਸੈ ਰੰਗ ਰੋਵੇਂ ਚੁੱਪੀ ਕਰ ਜਾਹੇ, ਪਰਵਾਹ ਨਾ ਹੀ ਕਿਸੇ ਕੇਰੀ ਬਾਤ ਸੱਚੇ ਨਾ। ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਦਾ। ਉਹਦੇ ਰੰਗ ਵਿੱਚ ਹੀ ਉਸਦਾ ਚੁੱਪ ਕਰ ਜਾਣਾ ਹੈ, ਜੀ ਕਰੇ ਬੋਲੇ, ਜੀ ਕਰੇ ਨਾ ਬੋਲੇ। ਉਹਦੇ ਰੰਗ ਵਿੱਚ ਹੀ ਹੱਸਦਾ ਹੈ, ਉਹਦੇ ਰੰਗ ਵਿੱਚ ਹੀ ਉਸਦੇ ਪਿਆਰ ਵਿੱਚ ਹੀ ਰੋਂਦਾ ਹੈ। ਦੁਨਿਆਵੀ ਗੱਲਾਂ ਜਿਹੜੀਆਂ ਹਨ ਹਸਾਉਣ ਵਾਲੀਆਂ,
ਅਤੇ ਰਵਾਉਣ ਵਾਲੀਆਂ ਜਿਹੜੀਆਂ ਹਨ ਜਾਂ ਚੁੱਪ ਕਰਾਉਣ ਵਾਲੀਆਂ ਹਨ ਇਹ ਉਸ 'ਤੇ ਲਾਗੂ ਨਹੀਂ ਹੁੰਦੀਆਂ। ਇੱਕ ਅਜਿਹੀ ਅਵਸਥਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਚੰਗੇ ਭਾਗਾਂ ਦੀ ਨਿਸ਼ਾਨੀ ਹੈ ਮਹਾਂਪੁਰਸ਼ਾਂ ਦਾ ਜੋ ਅਸਥਾਨ, ਜਿਨ੍ਹਾਂ ਨੇ ਇਸ ਅਸਥਾਨ ਨੂੰ ਭਾਗ ਲਾਏ ਹਨ, ਜਿੱਥੋਂ ਹਰ ਵੇਲੇ ਹੀ ਨਾਮ ਦੀ ਧੁਨੀ ਪ੍ਰਗਟ ਹੁੰਦੀ ਰਹਿੰਦੀ, ਹਰ ਵੇਲੇ ਹੀ ਇੱਥੇ ਨਾਮ ਬਾਣੀ ਦਾ ਪ੍ਰਵਾਹ ਚੱਲਦਾ ਹੀ ਰਹਿੰਦਾ ਹੈ। ਇਹ ਭਾਵਨਾ ਹੈ ਕਿਸੇ ਦੀ, ਕਿਹੋ ਜਿਹੀ ਭਾਵਨਾ ਦੇ ਨਾਲ ਇੱਥੇ ਕੋਈ ਆਉਂਦਾ ਹੈ ਉਸ ਭਾਵਨਾ ਨੂੰ ਹੀ ਫਲ ਲੱਗਦਾ ਹੈ। ਜਿਹੜਾ ਚੰਗੀ ਭਾਵਨਾ ਦੇ ਨਾਲ ਇੱਥੇ ਆਉਂਦਾ ਹੈ, ਸੰਤਾਂ ਦੇ ਕੁਛ ਕੋਲੋਂ ਕੁਛ ਪ੍ਰਾਪਤ ਕਰਨ ਵਾਸਤੇ ਆਉਂਦਾ ਹੈ, ਅਜਿਹੀ ਅਵਸਥਾ ਪ੍ਰਾਪਤ ਕਰਨ ਵਾਸਤੇ ਆਉਂਦਾ ਹੈ, ਤਾਂ ਉਸ ਦੇ ਉੱਤੇ ਫਿਰ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਹੁੰਦੀਆਂ ਹਨ। ਜਿਸ 'ਤੇ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਹੁੰਦੀਆਂ, ਉਸ ਦੇ ਉੱਤੇ ਫਿਰ ਰੱਬ ਦੀ ਵੀ ਖੁਸ਼ੀ ਹੋ ਜਾਂਦੀ ਹੈ। ਲੜੀਵਾਰ ਵਿਚਾਰ ਸੂਹੀ ਰਾਗ ਦੇ ਵਿੱਚੋਂ ਆਪਾਂ ਸਰਵਣ ਕਰ ਰਹੇ ਸੀ। ਕੱਲ੍ਹ 15ਵੀਂ ਪੌੜੀ ਦੀ ਵਿਚਾਰ ਸਲੋਕਾਂ ਸਮੇਤ ਸਰਵਣ ਕੀਤੀ, ਅੱਜ ਰਹਿਮਤ ਕਰ ਰਹੇ ਹਨ ਸਤਿਗੁਰੂ ਜੀ। ਸਲੋਕ ਮਹੱਲਾ ਪਹਿਲਾ, ਜਿਨੀ ਨਾ ਪਾਇਓ ਪ੍ਰੇਮ ਰਸ, ਕੰਤ ਨਾ ਪਾਇਓ ਸਾਓ, ਸੁਣੇ ਘਰ ਕਾ ਪਾਹੁਣਾ, ਜਿਉਂ ਆਇਆ ਤਿਉਂ ਜਾਓ। ਕਹਿੰਦੇ ਜਿਹਨੂੰ ਜੀਵਨ ਦੇ ਵਿੱਚ, ਦੇਖੋ ਹਰ ਇੱਕ ਬੰਦਾ ਜਿਹੜਾ ਵੀ ਕੰਮ ਕਰਦਾ ਹੈ ਉਸਦੇ ਜੀਵਨ ਦਾ ਕੋਈ ਨਿਸ਼ਾਨਾ ਹੈ ਨਾ। ਜੇ ਉਸ ਨਿਸ਼ਾਨੇ ਤੱਕ ਪਹੁੰਚੇ ਹੀ ਨਾ, ਕੋਈ ਪ੍ਰਾਪਤੀ ਨਾ ਹੋਵੇ, ਤਾਂ ਉਸ ਦੀ ਸਾਰੀ ਘਾਲ ਅਜਾਈ ਜਾਂਦੀ ਹੈ। ਹੁਣ ਜਿਹੜਾ ਵਿਦਿਆਰਥੀ ਜਿਹੜਾ ਹੈ ਪੜ੍ਹਾਈ ਕਰਦਾ ਹੈ ਕਿ ਮੈਨੂੰ ਨੌਕਰੀ ਮਿਲ ਜਾਵੇ ਕੋਈ, ਅਤੇ ਜੇ ਉਹਨੂੰ ਨੌਕਰੀ ਨਾ ਮਿਲੇ ਪੜ੍ਹਾਈ ਕਰਕੇ, ਫਿਰ ਉਹਨੂੰ ਇੰਝ ਜਾਪਦਾ ਹੈ ਜੋ ਕੁਛ ਕੀਤਾ ਹੈ ਮੈਂ ਸਾਰਾ ਆਕਾਰ ਥੀ ਗਿਆ ਹੈ, ਮਿਹਨਤ ਮੇਰੀ ਸਫਲ ਹੀ ਨਹੀਂ ਹੋਈ ਹੈ। ਬਿਲਕੁਲ ਇਸੇ ਹੀ ਤਰ੍ਹਾਂ ਇਸ ਪਾਸੇ ਹੈ। ਜਿਹੜੀ ਮੰਜ਼ਿਲ ਹੈ, ਜਿਹੜਾ ਟਿਕਾਣਾ ਹੈ, ਜੇ ਉਹ ਨਾ ਮਿਲੇ, ਜਿਹੜੀ ਜਿਸ ਦਾ ਜ਼ਿਕਰ ਅੱਜ ਦੇ ਹੁਕਮਨਾਮੇ ਦੇ ਵਿੱਚ ਆਇਆ ਹੈ, ਜੇ ਪਹੁੰਚ ਹੀ ਨਾ ਸਕੀਏ, ਤਾਂ ਸਾਰੀ ਉਮਰ ਫਿਰ ਬੰਦਾ ਇਹੀ ਸੋਚਦਾ ਰਹਿੰਦਾ ਹੈ ਕਿ ਬੜਾ ਪਾਠ ਕੀਤਾ, ਬੜੇ ਗੁਰੂ ਦੇ ਘਰ ਦੇ ਵਿੱਚ ਚੱਕਰ ਲਾਏ, ਬੜੀ ਸੇਵਾ ਵੀ ਕੀਤੀ, ਪਰ ਪ੍ਰਾਪਤ ਕੁਛ ਨਹੀਂ ਹੋਇਆ। ਫਿਰ ਉਸਨੂੰ ਅਫਸੋਸ ਹੁੰਦਾ ਹੈ, ਆਪਣੇ ਆਪ ਨੂੰ ਕੋਸਦਾ ਹੈ, ਔਰ ਬਹੁਤ ਸਾਰੇ ਲੋਕ ਜਿਹੜੇ ਨਾਸਤਿਕ ਵੀ ਹੋ ਜਾਂਦੇ ਹਨ। ਇੱਥੇ ਮਹਾਰਾਜ ਨੇ ਇਹੀ ਜ਼ਿਕਰ ਕੀਤਾ ਹੈ ਕਿ ਜਿਵੇਂ ਵਿਆਹੀ ਹੋਈ ਬੱਚੀ ਜਿਹੜੀ ਹੈ, ਜਿਹੜੀ ਕੰਤ ਵਾਲੀ ਬਣ ਗਈ ਹੈ, ਸੁਹਾਗਣ ਬਣ ਗਈ ਹੈ, ਜੇ ਉਸਨੂੰ ਆਪਣੇ ਜੀਵਨ ਦੇ ਵਿੱਚ ਆਪਣੇ ਮਾਲਕ ਪਤੀ ਦੇ ਪਿਆਰ ਦਾ ਰਸ ਹੀ ਨਹੀਂ ਮਿਲਿਆ, ਤਾਂ ਉਹਦਾ ਜਿਹੜਾ ਉਹ ਜੀਵਨ ਹੈ, ਜਿਹੜਾ ਗ੍ਰਿਸਤੀ ਜੀਵਨ ਹੈ, ਉਹ ਉਸਦੇ ਵਾਸਤੇ ਬੜਾ ਦੁੱਖਦਾਈ ਹੁੰਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਜਿਨ੍ਹਾਂ ਨੂੰ ਇਸ ਮਾਰਗ ਦੇ ਉੱਤੇ ਚੱਲਦਿਆਂ ਹੋਇਆਂ ਵਾਹਿਗੁਰੂ ਦੇ ਪ੍ਰੇਮ ਦਾ ਰਸ ਹੀ ਕੋਈ ਨਹੀਂ ਆਇਆ ਹੈ। ਪ੍ਰੇਮ ਦੀ ਨਿਸ਼ਾਨੀ ਕੀ ਹੈ? ਸਾਡੇ ਅੰਦਰ ਖਿੱਚ ਪੈਦਾ ਹੁੰਦੀ ਹੈ। ਜਿਸ ਪਾਸੇ ਸਾਡਾ ਪ੍ਰੇਮ ਹੋਵੇ, ਉਸ ਪਾਸੇ ਨੂੰ ਸਾਡੀ ਸੁਰਤੀ ਮੁੜ ਮੁੜ ਕੇ ਜਾਂਦੀ ਹੈ। ਜਿਸ ਚੀਜ਼ ਨਾਲ ਪ੍ਰੇਮ ਹੋਵੇ, ਉਸ ਚੀਜ਼ ਵੱਲ ਨੂੰ ਧਿਆਨ ਮੁੜ ਮੁੜ ਕੇ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿਨ੍ਹਾਂ ਦਾ ਧਿਆਨ ਗੁਰੂ ਵੱਲ ਹੋ ਜਾਵੇ, ਫਿਰ ਝੱਖੜ ਝਾਂਗੀ ਵੀ ਬਰਸ ਹੈ, ਭੀ ਗੁਰ ਦੇਖਣ ਜਾਈ ਵਾਲੀ ਗੱਲ ਹੈ,
ਫਿਰ ਕੁਛ ਸਮਾਂ ਕਿਹੋ ਜਿਹਾ ਆ ਜਾਵੇ, ਗਰਮੀ ਆ ਜਾਵੇ, ਸਰਦੀ ਆ ਜਾਵੇ, ਫਿਰ ਉਹਨੂੰ ਕੋਈ ਫਰਕ ਨਹੀਂ ਹੈ ਇਸ ਦੇ ਨਾਲ। ਉਹਨੇ ਤਾਂ ਆਪਣੇ ਮਾਲਕ ਨੂੰ ਮਿਲਣਾ ਹੈ, ਉਸਦੇ ਦਰਸ਼ਨਾਂ ਤੋਂ ਬਿਨਾਂ ਉਹ ਰਹਿ ਨਹੀਂ ਸਕਦਾ। ਜਿਹਨੂੰ ਨਹੀਂ ਆਇਆ ਪ੍ਰੇਮ ਦਾ ਰਾਹ, ਸੁੰਨੇ ਘਰ ਕਾ ਪਾਉਣਾ ਜਿਉਂ ਆਇਆ ਤਿਉਂ ਜਾਏ। ਜਿਵੇਂ ਕਿਸੇ ਸੁੰਨੇ ਖਾਲੀ ਘਰ ਦੇ ਜੇ ਕੋਈ ਪ੍ਰਾਹੁਣਾ ਆ ਜਾਵੇ, ਉਹਨੂੰ ਉੱਥੋਂ ਕੀ ਮਿਲੇਗਾ? ਹੈ ਹੀ ਕੋਈ ਨਹੀਂ, ਬੰਦਾ ਹੀ ਕੋਈ ਨਹੀਂ ਹੈ ਜਿਹੜਾ ਉਹਨੂੰ ਪੁੱਛੇ। ਅਜਿਹੇ ਇਨਸਾਨ ਦਾ ਸੰਸਾਰ ਦੇ ਵਿੱਚ ਆਉਣਾ ਬਿਲਕੁਲ ਉਸ ਪ੍ਰਾਹੁਣੇ ਵਰਗਾ ਹੋ ਜਾਂਦਾ ਹੈ ਜਿਹਨੂੰ ਉੱਥੋਂ ਕੋਈ ਪਾਣੀ ਵੀ ਨਹੀਂ ਪਿਲਾਉਣ ਵਾਲਾ ਹੁੰਦਾ। ਮਿਹਨਤ ਵੀ ਕੀਤੀ ਪਰ ਕੋਈ ਪ੍ਰਾਪਤੀ ਕੁਝ ਨਾ ਹੋਈ। ਮਹੱਲਾ ਪਹਿਲਾ। ਸੌ ਲਾਮੇ ਦਿਨੇ ਕਿ ਰਾਤੀ ਮਿਲਣ ਹੰਸ, ਸਿਵ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਇਨਸਾਨ ਦੀ ਰੁਚੀ ਰੱਬ ਵਾਲੇ ਪਾਸੇ ਘੱਟ ਹੈ, ਬਾਹਰ ਮੁਖੀ ਰੁਚੀ ਵਿਕਾਰਾਂ ਵਾਲੇ ਪਾਸੇ, ਮੰਦੇ ਪਾਸੇ ਨੂੰ ਜ਼ਿਆਦਾ ਹੈ। ਤਾਂ ਹੀ ਮਹਾਰਾਜ ਨੇ ਕਿਹਾ, ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਮੰਦਾ ਕਰਨ ਵਾਸਤੇ, ਮੰਦਾ ਕਰਮ ਕਰਨ ਵਾਸਤੇ ਤਾਂ ਵੇਖ ਲਓ ਸੁੱਤਾ ਪਿਆ ਵੀ ਉੱਠ ਖਲੋਂਦਾ, ਪਰ ਜਦੋਂ ਅੰਮ੍ਰਿਤ ਵੇਲੇ ਨਾਮ ਜਪਣ ਦਾ ਵੇਲਾ ਹੁੰਦਾ ਉਦੋਂ ਨੀਂਦ ਆ ਜਾਂਦੀ ਹੈ। ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਚੰਗਾ ਕਰਮ ਕਰਨ ਲੱਗਿਆ ਤਾਂ ਆਲਸ ਆ ਜਾਂਦਾ, ਪਰ ਜਦੋਂ ਬੁਰਾ ਕੰਮ ਕਰਨਾ ਹੈ ਉਸ ਵੇਲੇ ਬੜਾ ਸ਼ੇਰ ਬਣ ਜਾਂਦਾ। ਇਹ ਸੁਭਾਅ ਬਣਿਆ ਹੋਇਆ ਹੈ ਸਾਡਾ। ਹੁਣ ਅਜਿਹੇ ਲੋਕਾਂ ਦੀ ਹਾਲਤ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਮਹਾਰਾਜ ਨੇ ਦੱਸੀ ਹੈ ਕਿ ਦਿਨ ਦੇ ਵੇਲੇ ਵੀ ਉਲਾਮੇ, ਜਿਹੜੇ ਮਾੜੇ ਕੰਮ ਕਰਦੇ ਹਨ, ਸੌ ਉਲਾਮੇ ਦਿਨੇ ਕਿ ਰਾਤੀ ਮਿਲਣ ਸਹੰਸ। ਰਾਤ ਆਈ, ਪਰਮੇਸ਼ੁਰ ਵਾਲੇ ਪਾਸੇ ਧਿਆਨ ਗਿਆ ਹੀ ਨਹੀਂ, ਸੁਪਨਿਆਂ ਦੇ ਵਿੱਚ ਹੀ, ਭੈੜੇ ਭੈੜੇ ਸੁਪਨਿਆਂ ਦੇ ਵਿੱਚ ਹੀ ਰਾਤ ਲੰਘ ਗਈ। ਫਿਰ ਰਾਤ ਨੂੰ ਜਿਹੜੇ ਲੋਕ ਮੰਦ ਕਰਮ ਕਰਦੇ ਹਨ, ਚੋਰੀਆਂ ਕਰਦੇ ਹਨ, ਹੋਰ ਲੁੱਟਦੇ ਹਨ ਘਰਾਂ ਨੂੰ, ਇਹਦੇ ਵੀ ਉਲਾਮੇ। ਇੱਦਾਂ ਹਜ਼ਾਰਾਂ ਹੀ ਉਲਾਮੇ ਇਨਸਾਨ ਨੂੰ ਦਿਨੇ ਰਾਤ ਮਿਲਦੇ ਰਹਿੰਦੇ ਹਨ। ਬਿਲਕੁਲ ਇਸੇ ਹੀ ਤਰ੍ਹਾਂ ਇਹ ਲੋਕ ਜਿੱਥੇ ਆਪਾਂ ਵਿਚਰ ਰਹੇ ਹਾਂ, ਇਹ ਦਿਨ ਦਿਨ ਦਾ ਦਿਨ, ਇਸ ਨੂੰ ਦਿਨ ਸਮਝ ਲਓ। ਜੇ ਇੱਥੇ ਆਪਾਂ ਵਿਚਰਦੇ ਹਾਂ, ਕੋਈ ਚੱਜ ਦਾ ਕੰਮ ਕੀਤਾ ਹੀ ਨਾ, ਤਾਂ ਉਲਾਮੇ ਹੀ ਮਿਲਣੇ ਹਨ ਸਾਨੂੰ ਸਾਰੇ ਪਾਸੇ। ਜਦੋਂ ਜਾਵਾਂਗੇ ਇੱਥੋਂ, ਉੱਥੇ ਵੀ ਉਲਾਮੇ ਹਨ। ਤੂੰ ਕੀਤਾ ਕਿ ਤੈਨੂੰ ਭੇਜਿਆ ਕਿਹੜੇ ਕੰਮ ਨੂੰ ਸੀ? ਇਸੇ ਤਰ੍ਹਾਂ ਹੀ ਜੀਵਨ ਦਾ ਇੱਕ ਜਵਾਨੀ ਦਾ ਪੱਖ ਹੈ, ਇੱਕ ਬੁਢੇਪੇ ਦਾ ਪੱਖ ਹੈ। ਜਵਾਨੀ ਮਾਨੋ ਦਿਨ ਹੈ, ਬੁਢੇਪਾ ਰਾਤ ਹੈ। ਜਿਸ ਇਨਸਾਨ ਨੇ ਜਵਾਨੀ ਦੇ ਵਿੱਚ ਵੀ ਬੁਰੇ ਹੀ ਕੰਮ ਕੀਤੇ, ਉਲਾਮੇ ਹੀ ਲਏ, ਕਦੇ ਰੱਬ ਦੇ ਵਾਲੇ ਪਾਸੇ ਕੋਈ ਚੰਗਾ ਕੰਮ ਜ਼ਿੰਦਗੀ 'ਚ ਕੀਤਾ ਹੀ ਨਹੀਂ, ਪਰਉਪਕਾਰ ਕੀਤਾ ਹੀ ਨਹੀਂ, ਅਤੇ ਬੁਢੇਪੇ 'ਚ ਜਾ ਕੇ ਫਿਰ ਉਹੀ ਕੁਛ ਕਰਦਾ ਰਿਹਾ, ਉਹਨੂੰ ਉਹਦਾ ਕਾਹਦਾ ਜਿਉਣਾ ਹੈ? ਉਹਦਾ ਤਾਂ ਹਾਲਤ ਇਹ ਹੈ ਜਿਵੇਂ ਕੋਈ ਸੁੰਨੇ ਘਰ ਦੇ ਵਿੱਚ, ਖਾਲੀ ਘਰ ਦੇ ਵਿੱਚ ਪ੍ਰਾਹੁਣਾ ਆਇਆ ਹੋਵੇ, ਖਾਲੀ ਚੱਲ ਜਾਂਦਾ ਹੈ। ਇਸੇ ਤਰ੍ਹਾਂ ਆਇਆ ਵੀ ਇੱਥੋਂ ਉਲਾਮੇ ਹੀ ਲੈ ਕੇ ਗਿਆ। ਸਿਵ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ,
ਵਾਹਿਗੁਰੂ ਦੀ ਸਿਫ ਸਲਾਹ ਕਰਨੀ ਸੀ, ਮਨੁੱਖਾ ਜਨਮ 'ਚ ਹੀ ਕਰਨੀ ਸੀ ਨਾ, ਕਿਸੇ ਪਸ਼ੂ ਦੀ ਜੂਨ 'ਚ ਕਿੱਦਾਂ ਕਰੇਗਾ, ਕਿਸੇ ਕੀੜੇ ਮਕੌੜੇ ਦੀ ਜੂਨ ਪੰਛੀ ਦੀ ਜੂਨ ਵਿੱਚ ਕਿੱਦਾਂ ਕਰ ਲਏਗਾ, ਪੱਥਰ ਵੀ ਜੂਨ ਹੈ, ਇਹਨਾਂ ਜੂਨਾਂ ਦੇ ਵਿੱਚ ਕਿਵੇਂ ਕਰ ਲਏਗਾ। ਇਹੀ ਜਨਮ ਸੀ ਜਿਹੜਾ ਮਨੁੱਖਾ ਜਨਮ ਮਿਲਿਆ ਸੀ, ਉਹ ਵੀ ਬੜੀ ਦੇਰ ਬਾਅਦ ਮਿਲਿਆ ਸੀ, ਅਤੇ ਫਿਰ ਇੱਥੇ ਆ ਕੇ ਕੀਤਾ ਕੁਛ ਨਹੀਂ। ਵਾਹਿਗੁਰੂ ਪਰਮੇਸ਼ਰ ਦੀ ਸਲਾਹ ਕਰਨ ਦੀ ਥਾਂ ਜਿਵੇਂ ਹੰਸ ਹੋਵੇ ਨਾ, ਅਤੇ ਉਹ ਉਹਦਾ ਉਹਦੀ ਖੁਰਾਕ ਤਾਂ ਹੰਸਾ ਹੀਰਾ ਮੋਤੀ ਚੁਗਣਾ, ਹੰਸਾਂ ਦੀ ਖੁਰਾਕ ਤਾਂ ਹੀਰੇ ਮੋਤੀ ਹਨ, ਪਰ ਉਹ ਹੀਰੇ ਮੋਤੀ ਛੱਡ ਕੇ ਕਰੰਗ ਭਾਵ ਮਰੇ ਮਰਦਾਰ ਪਸ਼ੂ ਜਿਹੜੇ ਹੁੰਦੇ ਹਨ ਉਹਨਾਂ ਦੀਆਂ ਹੱਡੀਆਂ ਨਾਲ ਮਾਸ ਨੋਚਣ ਲੱਗ ਪਵੇ ਤਾਂ ਉਹ ਹੰਸ ਥੋੜ੍ਹਾ ਰਹਿ ਜਾਏਗਾ। ਇਹ ਤਾਂ ਕਾਵਾਂ ਦਾ ਕੰਮ ਹੈ, ਇੱਲਾਂ ਦਾ ਕੰਮ ਹੈ, ਕੁੱਤਿਆਂ ਦਾ ਕੰਮ ਹੈ ਇਹੋ ਜਿਹਾ ਕੰਮ ਕਰਨਾ। ਇਹਦਾ ਮਤਲਬ ਇਹ ਹੈ ਕਿ ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਸਿਫ ਸਲਾਹ ਛੱਡ ਕੇ ਮਨੁੱਖਾ ਜਨਮ ਦੇ ਵਿੱਚ ਵੀ ਇਹ ਮੁਰਦਾਰ ਦੇ ਨਾਲ ਹੀ ਜੁੜਿਆ ਹੋਇਆ ਹੈ, ਭੈੜੀਆਂ ਗੱਲਾਂ ਦੇ ਨਾਲ ਹੀ ਜੁੜਿਆ ਹੋਇਆ ਹੈ, ਇਹ ਅਮੋਲਕ ਹੀਰਾ ਜਿਹੜਾ ਹੈ ਮਨੁੱਖਾ ਜਨਮ ਜਿਹੜਾ ਹੈ ਇਹਦੀ ਖੁਰਾਕ ਤਾਂ ਸੀ ਗੁਰੂ ਦਾ ਸ਼ਬਦ, ਗੁਰੂ ਦੇ ਸ਼ਬਦ ਰੂਪੀ ਹੀਰੇ ਜਵਾਹਰਾਤ ਨੂੰ ਛੱਡ ਦਿੱਤਾ ਅਤੇ ਗੰਦ ਖਾ ਰਿਹਾ ਹੈ, ਗੰਦ ਭੋਗ ਰਿਹਾ ਹੈ, ਗੰਦ ਸੁਣ ਰਿਹਾ ਹੈ, ਗੰਦ ਦੇਖ ਰਿਹਾ ਹੈ, ਇਹ ਹਾਲਤ ਇਸ ਇਨਸਾਨ ਦੀ ਹੋ ਗਈ। ਫਿੱਟ ਵਿਆਹ ਜੀਵਿਆ ਜਿੱਤ ਖਾਏ ਵਧਾਇਆ ਪੇਟ, ਲਾਹਨਤ ਇਹੋ ਜਿਹੇ ਜੀਵਨ ਦੇ ਮਨੁੱਖਾ ਜਨਮ ਦੇ ਵਿੱਚ ਖਾ ਖਾ ਕੇ ਪੇਟ ਵਧਾ ਲਿਆ, ਭਾਰ ਵਧਾ ਲਿਆ, ਤੁਰਿਆ ਨਹੀਂ ਜਾਂਦਾ ਫਿਰ। ਪਰ ਹੁਣ ਸਾਡੀ ਤਾਂ ਸਾਰਿਆਂ ਦੀ ਇਹੀ ਹਾਲਤ ਹੋ ਗਈ ਹੈ, ਕੋਈ ਕਾਬੂ ਹੀ ਨਹੀਂ ਆਪਣੇ ਆਪ 'ਤੇ। ਕਰਨਾ ਕੀ ਸੀ? ਕਰਨਾ ਤਾਂ ਕੁਛ ਆ ਸੀਗਾ, ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਸਿਫਤਲਾ ਕਰਨੀ ਸੀ, ਸੁਣਨੀ ਸੀ, ਇੱਧਰ ਧਿਆਨ ਹੀ ਨਹੀਂ ਗਿਆ। ਮਹਾਰਾਜ ਕਹਿੰਦੇ ਲਾਹਨਤ ਇਹੋ ਜਿਹੇ ਜੀਵਨ ਦੇ, ਸਰੀਰ ਬੜਾ ਤਕੜਾ ਹੋ ਜਾਵੇ, ਬੜਾ ਸੁੰਦਰ ਸਰੀਰ ਹੋਵੇ, ਅਤੇ ਲੇਕਿਨ ਉਹ ਜੇ ਮਤਲਬ ਹੰਸ ਵਰਗੀ ਜਿਹੜਾ ਜੀਵਨ ਮਿਲਿਆ ਹੈ ਇਸ ਨੂੰ, ਉਹ ਫੇਰ ਕਰੰਗ ਨੂੰ ਜਿਹੜਾ ਹੱਡੀਆਂ ਨੂੰ ਮੂੰਹ ਮਾਰਦਾ ਫਿਰੇ ਤਾਂ ਫਿਰ ਉਹਨੂੰ ਇਨਸਾਨ ਥੋੜ੍ਹਾ ਕਹਾਂਗੇ, ਫਿਰ ਤਾਂ ਉਹ ਇਨਸਾਨ ਨਹੀਂ ਹੈ, ਹੈਵਾਨ ਹੈ। ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇਤ। ਮਹਾਰਾਜ ਕਹਿੰਦੇ ਦੇਖ ਲਓ ਭਾਈ, ਤੁਸੀਂ ਇੱਕ ਗੱਲ ਪੱਕੀ ਕਰ ਲਓ ਕਿ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਜਿੰਨਾ ਹੋਰ ਮੋਹ ਹੈ, ਜਿੰਨਾ ਚੀਜ਼ਾਂ ਦੇ ਨਾਲ ਕਰ, ਚਾਹੇ ਸਰੀਰ ਨਾਲ ਕਰਦੇ ਹੋ, ਪਰਿਵਾਰ ਨਾਲ ਕਰਦੇ ਹੋ, ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਕਰਦੇ ਹੋ ਨਾ, ਮੋਹ ਸਾਰੇ ਕਰਦੇ ਹਨ, ਇਹ ਸਾਰਾ ਹੀ ਦੁਸ਼ਮਣ ਜੇ। ਇਹ ਵੇਖਣ ਨੂੰ ਬੜਾ ਸਭ ਕੁਛ ਚੰਗਾ ਲੱਗਦਾ ਹੈ, ਜੇ ਮੱਖੀ ਉੜ ਉੜ ਕੇ ਮੁੜ ਮੁੜ ਕੇ ਮਿੱਠੇ 'ਤੇ ਆਉਂਦੀ ਹੈ ਨਾ, ਅਤੇ ਮਿੱਠੇ 'ਤੇ ਚਿੰਬੜ ਕੇ ਉੱਥੇ ਹੀ ਮਰ ਜਾਂਦੀ ਹੈ, ਇਸੇ ਤਰ੍ਹਾਂ ਬੰਦੇ ਦੀ ਹਾਲਤ ਹੁੰਦੀ ਹੈ। ਇਹ ਮੋਹ ਬੜਾ ਮਿੱਠਾ ਲੱਗਦਾ ਹੈ, ਇਸ ਨੂੰ ਮੁੜ ਮੁੜ ਕੇ ਇਸ ਵੱਲ ਨੂੰ ਜਾਂਦਾ ਹੈ ਧਿਆਨ। ਆ ਸਿਫ ਸਲਾਹ ਕਰਨੀ ਜਿਹੜੀ ਹੈ ਔਖੀ ਲੱਗਦੀ ਇਸ ਨੂੰ, ਕਿਤੇ 10 ਮਿੰਟ ਵੀ ਬਹਿਣਾ ਪੈ ਜਾਵੇ ਨਾ ਸਿਮਰਨ ਕਰਨ ਵਾਸਤੇ, ਬੜਾ ਔਖਾ ਹੈ। ਘੰਟਿਆਂ ਬੱਧੀ ਲੋਕ ਟੈਲੀਵਿਜ਼ਨ ਦੇ ਅੱਗੇ ਮੋਬਾਈਲ ਦੇ ਉੱਤੇ ਬੈਠੇ ਰਹਿੰਦੇ ਹਨ, ਕਿਤੇ ਸੰਗਤ ਦੇ ਵਿੱਚ 15 ਮਿੰਟ ਬਹਿਣਾ ਹੋਵੇ ਬੇਚੈਨ ਹੋ ਜਾਂਦੇ ਹਨ।
ਕਿਉਂ? ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਇਹ ਅੰਮ੍ਰਿਤ ਹੈ, ਕੌੜਾ ਲੱਗਦਾ ਹੈ, ਜ਼ਹਿਰ ਜਿਹੜੀ ਹੈ ਮਿੱਠੀ ਲੱਗਦੀ ਹੈ। ਉੱਧਰ ਬੜਾ ਧਿਆਨ ਜਾਂਦਾ ਹੈ, ਬੜੀ ਇਕਾਗਰਤਾ ਬਣਦੀ ਹੈ। ਦੇਖ ਲਓ, ਉਦੋਂ ਤਾਂ ਕੋਈ ਫੁਰਨਾ ਨਹੀਂ ਆਉਂਦਾ ਹੈ, ਇਹ ਸਾਰੇ ਫੁਰਨੇ ਆਉਂਦੇ ਹੀ ਉਦੋਂ ਹਨ ਜਦੋਂ ਗੁਰੂ ਘਰ ਆ ਜਾਈਏ ਜਾਂ ਜਦੋਂ ਅਸੀਂ ਬਾਣੀ ਪੜ੍ਹਨ ਲੱਗ ਪਈਏ, ਨਾਮ ਜਪਣ ਲੱਗ ਪਈ, ਉਦੋਂ ਹੀ ਫੁਰਨੇ ਆਉਂਦੇ ਹਨ। ਵਾਹ, ਤਾਂ ਹੀ ਇਹ ਦੁਸ਼ਮਣ ਹਨ ਇਹ ਚੀਜ਼ਾਂ ਸਾਡੀਆਂ। ਪੌੜੀ, ਘਾਗੀ ਗੁਣ ਗਾਵੇ ਨਿਤ ਜਨਮ ਸਵਾਰਿਆ, ਰੱਬ ਦੇ ਘਾਗੀ, ਵਾਰਾਂ ਗਾਉਣ ਵਾਲੇ ਨੂੰ ਘਾਗੀ ਕਿਹਾ ਗੁਰੂ ਮਹਾਰਾਜ ਨੇ, ਆਪਣੇ ਆਪ ਨੂੰ ਘਾਗੀ ਕਿਹਾ ਹੈ ਗੁਰੂ ਨਾਨਕ ਪਾਤਸ਼ਾਹ ਨੇ। ਹਾਂ, ਘਾਗੀ ਵਿਕਾਰ ਕਾਰੇ ਲਾਇਆ, ਕਹਿੰਦੇ ਮੈਂ ਤਾਂ ਘਾਗੀ ਸੀ, ਬੇਕਾਰ ਤੁਰਿਆ ਫਿਰਦਾ ਸੀ, ਮੈਨੂੰ ਗੁਰੂ ਨੇ ਕਾਰੇ ਲਾ ਤਾ ਆਪਣੀ ਸਿਫਤ ਸਲਾਹ ਕਰਨ ਵਾਸਤੇ। ਪਰਮੇਸ਼ਰ ਦੇ ਗੁਣ ਗਾਉਣ ਵਾਲਾ ਜਿਹੜਾ ਉਹਨੂੰ ਘਾਗੀ ਕਿਹਾ, ਉਹ ਪਰਮੇਸ਼ਰ ਦੇ ਗੁਣ ਗਾ ਗਾ ਕੇ ਆਪਣੇ ਜਨਮ ਨੂੰ ਸਵਾਰ ਲੈਂਦਾ ਹੈ। ਗੁਰਮੁਖ ਸੇਵ ਸਲਾਹੇ ਸੱਚਾ ਵਰਤਾਰਿਆ, ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ। ਗੁਰੂ ਕੋ ਆਉਣਾ ਕਾਹਦੇ ਵਾਸਤੇ ਹੈ? ਗੁਰੂ ਦੇ ਉਪਦੇਸ਼ ਨੂੰ ਸੁਣਨ ਵਾਸਤੇ। ਅਤੇ ਸੁਣ ਕੇ ਜੇ ਇੱਥੇ ਹੀ ਰਹਿ ਗਏ ਬਚਨ, ਆਪਾਂ ਖਾਲੀ ਦੇ ਖਾਲੀ ਚਲੇ ਗਏ, ਆਉਣ ਦਾ ਫਾਇਦਾ ਕੋਈ ਨਹੀਂ ਹੋਇਆ। ਮਹਾਰਾਜ ਕਹਿੰਦੇ ਕਿਣਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਕਹਿੰਦਾ ਹੋਵੇ। ਇੱਕ ਕਿਣਕਾ ਹੀ ਆਪਾਂ ਲੈ ਜਾ ਕਰੀਏ ਕੋਈ ਇੱਥੇ, ਕੁਛ ਤਾਂ ਕਰੀਏ ਨਾ। ਰੱਬ ਦੇ ਪਿਆਰ ਵਾਲੇ ਸਤਿਗੁਰੂ ਦੇ ਬਚਨਾਂ ਨੂੰ ਕਮਾ ਕੇ ਵਾਹਿਗੁਰੂ ਦੀ ਸਿਫ ਸਲਾਹ ਕਰਦੇ ਹਨ ਅਤੇ ਵਾਹਿਗੁਰੂ ਪਰਮੇਸ਼ਰ ਨੂੰ ਅੰਦਰ ਪ੍ਰਗਟ ਕਰ ਲੈਂਦੇ ਹਨ। ਜਿਸ ਦੀਆਂ ਸਿਫਤਾਂ ਕਰੀਏ ਉਹ ਸਾਡੇ ਅੰਦਰ ਪ੍ਰਗਟ ਹੋ ਜਾਂਦਾ ਹੈ। ਲੱਗੇ ਰਹੋ, ਲੱਗੇ ਰਹੋ। ਘਰ ਦਰ ਪਾਵੇ ਮਹਿਲ ਨਾਮ ਪਿਆਰਿਆ, ਨਾਮ ਨਾਲ ਪਿਆਰ ਪਾ ਕੇ ਵਾਹਿਗੁਰੂ ਦੇ ਦਰ ਕਰਨ ਦੀ ਪ੍ਰਾਪਤੀ ਕਰ ਲੈਂਦੇ, ਉਸ ਮਹਿਲ ਦਾ ਵਾਸੀ ਹੋ ਜਾਂਦਾ ਜਿਹੜਾ ਵਾਹਿਗੁਰੂ ਦਾ ਮਹਿਲ ਹੈ, ਉਸ ਮਹਿਲ ਦਾ ਵਾਸੀ ਹੈ। ਗੁਰਮੁਖ ਪਾਇਆ ਨਾਮ ਹਾਂ ਗੁਰ ਕਾ ਵਾਰਿਆ। ਮਾਰੇ ਕਹਿੰਦੇ ਕਿ ਗੁਰੂ ਦੀ ਸ਼ਰਨ ਵਿੱਚ ਪਏ, ਗੁਰੂ ਦੇ ਰਾਹੀਂ ਮੈਨੂੰ ਨਾਮ ਦੀ ਪ੍ਰਾਪਤੀ ਹੋਈ ਹੈ, ਇਸ ਕਰਕੇ ਮੈਂ ਗੁਰੂ ਤੋਂ ਵਾਰੇ ਵਾਰੇ ਜਾਂਦਾ, ਕਿਉਂਕਿ ਦਾਤਾ ਗੁਰੂ ਹੀ ਜਿਹੜਾ ਹੈ, ਨਾਮ ਦਾ ਦਾਤਾ ਗੁਰੂ ਹੈ, ਹੋਰ ਕਿਸੇ ਕੋਲੋਂ ਨਾਮ ਨਹੀਂ ਹੈ। ਬਾਕੀ ਜਿੰਨੇ ਸੰਤ ਸਮੂਹ ਅਨੇਕ ਮਤੀ ਕੇ ਬੜੀਆਂ ਮਤਾਂ ਦੇ ਸੰਤ ਹਨ, ਉਹ ਕਿਸੇ ਦੀ ਢਿੱਡ ਪੀੜ ਹਟਾ ਦੇਣਗੇ, ਕਿਸੇ ਦੀ ਸਿਰ ਪੀੜ ਹਟਾ ਦੇਣਗੇ, ਕਿਸੇ ਨੂੰ ਕੋਈ ਰੋਗ ਲੱਗਾ ਉਹ ਤਾਂ ਹਟਾ ਦੇਣਗੇ, ਪਰ ਨਾਮ ਨਹੀਂ ਉਹਨਾਂ ਕੋਲ। ਇਹ ਕੰਮ ਕਰਨ ਵਾਸਤੇ ਉਹਨਾਂ ਨੇ ਉਹ ਰਿਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਹੁੰਦੀਆਂ ਹਨ, ਔਰ ਸਾਰੇ ਥਾਈਂ ਇਹੀ ਕੰਮ ਚੱਲ ਰਿਹਾ ਹੈ। ਗੁਰਮਤਿ ਦੇ ਵਿੱਚ ਨਾਮ ਹੈ ਮੁੱਖ ਗੱਲ, ਜਿਹਦੇ ਕੋਲ ਨਾਮ ਹੈ ਉਹਦੇ ਕੋਲ ਸਭ ਕੁਛ ਹੀ ਹੈ, ਅਤੇ ਨਾਮ ਮਿਲਦਾ ਗੁਰੂ ਦੇ ਕੋਲੋਂ ਹੈ। ਗੁਰੂ ਤਰੁੱਠ ਕੇ ਸਤਿਗੁਰੂ ਸਿੱਖੋ ਨਾਮ ਧੰਨ ਦੇ, ਗੁਰ ਕਾ ਸਿੱਖ ਵਟ ਭਾਗੀ ਹੈ। ਕੇਵਲ ਪਹਿਰਾਵਾ ਪਾਉਣ ਨਾਲ ਨਹੀਂ ਸਿੱਖ ਬਣ ਜਾਂਦੇ ਆਪਾਂ, ਜਦੋਂ ਗੁਰੂ ਨੇ ਤਰੁੱਠ ਕੇ ਸਾਨੂੰ ਨਾਮ ਧੰਨ ਦੇ ਦਿੱਤਾ ਉਦੋਂ ਭਾਗਾਂ ਵਾਲੇ ਬਣਨਾ ਹੈ, ਉਦੋਂ ਸਿੱਖ ਬਣਨਾ ਹੈ ਆਪਾਂ, ਭਾਗਾਂ ਵਾਲੇ ਸਿੱਖ। ਸਿੱਖ ਤਾਂ ਸਾਰੇ ਹੀ ਹਾਂ ਆਪਾਂ, ਪਰ ਭਾਗਾਂ ਵਾਲਾ ਸਿੱਖ ਉਹ ਹੈ ਜਿਹਨੂੰ ਗੁਰੂ ਨੇ ਨਾਮ ਧੰਨ ਦੇ ਦਿੱਤਾ। ਸਤਿਗੁਰੂ ਸਿੱਖਾ ਹਲਤ ਪਲਤ ਸਵਾਰਾ, ਨਾਮ ਧੰਨ ਦੇ ਕੇ ਗੁਰੂ ਸਿੱਖ ਦਾ ਹਲਤ ਇਹ ਲੋਕ ਅਤੇ ਪ੍ਰਲੋਕ ਦੋਵੇਂ ਸੇਲੇ ਕਰ ਦਿੰਦਾ, ਦੋਵਾਂ ਲੋਕਾਂ ਦੇ ਸੁੱਖ ਉਹਨੂੰ ਦੇ ਦਿੰਦਾ। ਤੂੰ ਆਪ ਸਵਾਰੇ ਆਪ ਸਿਰਜਣਹਾਰ ਹੈ ਵਾਹਿਗੁਰੂ ਜੀ, ਸਾਰੀ ਸ੍ਰਿਸ਼ਟੀ ਦੇ ਸਾਜਣਹਾਰ ਵਾਹਿਗੁਰੂ ਜੀ, ਆਪ ਹੀ ਤੁਸੀਂ ਜੀਵਾਂ ਨੂੰ ਸਵਾਰਨ ਵਾਲੇ ਹੋ।
ਜਿਹਦੇ 'ਤੇ ਕਿਰਪਾ ਕਰਦੇ ਹੋ ਉਹਨੂੰ ਤਰੁੱਠ ਕੇ ਗੁਰੂ ਦੇ ਲੜ ਲਾ ਦਿੰਦੇ ਹੋ, ਜਿਸ 'ਤੇ ਗੁਰੂ ਖੁਸ਼ ਹੋ ਜਾਂਦਾ ਹੈ ਉਸਨੂੰ ਫਿਰ ਉਹ ਨਾਮ ਧਨ ਦੇ ਦਿੰਦਾ ਹੈ। ਜਿਹਨੂੰ ਨਾਮ ਧਨ ਮਿਲ ਗਿਆ ਗੁਰੂ ਦੇ ਕੋਲੋਂ, ਉਹਦਾ ਜੀਵਨ ਸਵਰ ਗਿਆ। ਸਤਿਗੁਰੂ ਜੀ ਕਿਰਪਾ ਕਰਨ, ਜੋ ਇਸ ਪੌੜੀ ਦੇ ਨਾਲ ਸਲੋਕਾਂ ਦੇ ਰਾਹੀਂ ਆਪਾਂ ਉਪਦੇਸ਼ ਸਰਵਣ ਕੀਤਾ ਹੈ, ਸਾਡੇ ਹਿਰਦੇ ਦੇ ਜਵਾਸੇ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ, 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 ਵਾਹਿ
ਗੁਰੂ ਵਾਹਿਗੁਰੂ 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 ਵਾਹਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।